जी कितना मित्रों, ठीक ठाक हो सारे? तो आ जाओ मित्रों, अच्छ चलते अपना तलवंडी भाई। तो मैं मेरे नाल रजिस्ट्रेशन यार, तो अपना दिखाने अच्छ प्रीत का काम चली जाता प्लेटफॉर्म का, है ना। तो जाके तुम दिखाने तो चेक कराने कि बढ़िया वा, है ना। तो थोड़ी जी हट भी उच्ची करवानी सी, तो आ जाओ मिलते हैं फिर तलवंडी भाई, चलते हैं पहुंच गए ट्रैक्टर को। आ जाओ फिर दिखाने जंग जू लंडा लौटा किया पाया। तो मित्रों सिस्टम सुस्टम खोलिया पाया, तो मेडगार्ड भी लागे रखा पाया। एक मित्रों मेडगार्ड मुड़गार्ड सारे खोलते आ फ्रिज के, तो कम स्टार्ट हो गया। तो सिस्टम लाया वो पिया, कम सिरा हो जाना, पैर पुरदान खोलते लंडा करता जहाज अपना। करो चेक आदे, आ भी पंगा पै गया सी। चक्कर पै गया ਇਹ ਨਾ ਯੂ ਢਿੱਲੀ ਸੀਗੀ, ਹੈ ਨਾ। ਅਤੇ ਯੂ ਢਿੱਲੀ ਕਰਕੇ ਅਤੇ ਸਾਰਾ ਵਿਗਾੜ ਪਾੜਤਾ ਨੇ। ਹੋ ਜੂ ਫਿੱਟ ਜਮਾਂ ਵਧੀਆ ਵਧੀਆ ਜਮਾਂ ਹਿਲਾਇਆ ਪਿਆ ਸੀ ਕੰਮ, ਹੈ ਨਾ। ਰਗੜਾੜ ਹੀ ਪਾੜ ਗਏ ਸੀਗੇ, ਨੜ ਕੱਸੇ ਨਹੀਂ ਸੀ ਕਿਸੇ ਨੇ ਪੀਲੇ, ਕਸੇ ਨਹੀਂ ਸੀ। ਹਾਂ ਨੜ ਅੱਗੇ ਖੁੱਲੇ ਹੀ, ਇੱਕ ਢਿੱਲਾ ਰੱਖਿਆ ਟੁੱਟ ਗਏ, ਇੱਕ ਟੁੱਟ ਗਿਆ ਸੀਗਾ। ਜਦੋਂ ਹੱਥ ਤੋਂ ਮਾਰਿਆ ਮਾੜਾ ਨੜ ਖੁੱਲਿਆ, ਕਿਉਂਕਿ ਟੁੱਟ ਕੇ ਜੋੜ ਲੱਗਿਆ ਮਾੜਾ ਜਿਹਾ। ਠੀਕ ਆ, ਰਗੜਾੜ ਲਵਾ ਗਿਆ, ਨੜ ਕਢਵਾ ਕੇ ਲਿਆਵੇ ਨਾ ਉਹਨੇ। ਠੀਕ ਆ, ਹੁਣ ਹੋ ਜੂ ਫਿੱਟ, ਹੈ ਨਾ ਬਾਈ। ਆ ਮੈਂ ਚੀਖਾ ਬੰਦ ਕਰਦੀ ਕੰਮ, ਬਾ ਠੀਕ ਆ ਠੀਕ ਆ। ਚੱਕੋ ਮਿੱਤਰੋ ਪੈਰ ਪੂਰ ਦਾਨ ਖੋਲਤੇ ਜਮਾ ਜਮਾ ਖੋਲਿਆ ਪਿਆ ਕੰਮ। ਚੱਕੋ ਵੀ ਮਿੱਤਰੋ ਕੰਮ ਕਰਤਾ ਸਟਾਰਟ ਪਲੇਟਫਾਰਮ ਦਾ, ਮਿਣਤੀਆਂ ਗਿਣਤੀਆਂ ਹੋ ਰਹੀਆਂ ਨੇ, ਬਣਦਾ ਬਣਦਾ ਕੀ ਬਣ ਜਾਣਾ ਨਾ ਜਿਸ ਨੇ ਲੱਗੂ ਸਿਰਾ ਜਮਾ ਧਾਕੜ। ਬੇੜਾ ਕਿੱਧਰ ਗਿਆ? ਰੁਕ ਜਾ ਰੁਕ ਜਾ ਰੁਕ ਜਾ, ਯੂ ਪੈਪਾਂ ਹੀ ਪੈਪਾਂ ਲੈ ਕੇ ਜਾਣੀਆਂ, ਕੋਈ ਮੋਟਰ ਮੋਟਰ ਹੈਲ ਤਾਂ ਲਾ ਲਈ। ਲੰਡਾ ਜਿਹਾ ਕਿਵੇਂ ਲੱਗਦਾ ਨਾ ਸਿਸਟਮ ਤੋਂ ਬਿਨਾਂ ਰੈਟਰ, ਪਹਿਲਾਂ ਨੇ ਰੂਪ 'ਚ ਆ ਗਿਆ ਜਿਵੇਂ ਏਜੰਸੀ 'ਚੋਂ ਲੈ ਕੇ ਆਏ ਸੀਗੇ। ਨਹੀਂ ਏਜੰਸੀ 'ਚ ਮੈਡਗਾਰਡ ਲੱਗਿਆ ਹੋਇਆ ਸੀਗਾ, ਪਹਿਲਾਂ ਨਾਲ ਰੂਪ ਆ ਗਿਆ ਆਪਣੇ ਰੈਟਰ ਦਾ। ਗੱਲਬਾਤ ਜਮਾਂ ਐਂਡ ਹੋ ਜਾਣੀ ਆ, ਦੋ ਚਾਰ ਦਿਨਾਂ ਤੱਕ ਪਲੇਟਫਾਰਮ ਡਨ ਹੋ ਜਾਣਾ, ਦਿਖਾਉਂਦੇ ਹਾਂ ਤੁਹਾਨੂੰ ਫਿਰ ਪੂਰਾ ਕੋਕਾ ਬਣਾ ਕੇ। ਚੱਕੋ ਮਿੱਤਰੋ ਛਤਰੀ ਹੋ ਗਈ ਵਿਹਲੀ, ਹੁਣ ਇੱਦਾਂ ਹੀ ਪਈ ਰਹਿਣੀ ਆ, ਅਤੇ ਦੇਖਾਂਗੇ ਉਹਨੂੰ ਕਿਤੇ ਕੰਮ ਆਉਂਦੀ ਤਾਂ ਲਾਵਾਂਗੇ ਕੰਮ। ਇਹ ਤਾਂ ਚੱਕੋ ਮਿੱਤਰੋ ਕੰਮ ਚੱਲੀ ਜਾਂਦਾ ਵਾ ਬਈ, ਕਿੰਨੇ ਦਿਨਾਂ ਤੱਕ ਬਣ ਜੂ ਫਿਰ ਜਗਾੜ ਆਪਣਾ ਸਾਰਾ? ਹੈ ਹਫ਼ਤੇ 'ਚ? ਨਹੀਂ ਨਹੀਂ, ਦੋ ਕੁ ਦਿਨਾਂ 'ਚ ਨਾ। ਹੋਰ ਨਾ ਹੋਲਾ ਮਹੱਲਾ ਇੱਥੇ ਦਿਖਾਇਓ। ਨਹੀਂ ਨਹੀਂ ਹੋਲਾ ਮਹੱਲਾ ਦੇਖਣਾ ਸ਼੍ਰੀ ਅਨੰਦਪੁਰ ਸਾਹਿਬ। ਚੱਕੋ ਮਿੱਤਰੋ ਪੱਤੀਆਂ ਪੁੱਤੀਆਂ ਦੀ ਫਿਟਿੰਗ ਕਰਤੀ ਆ ਬਾਈ ਨੇ, ਅਤੇ ਇਹਦੇ ਬਾਅਦ ਹੁਣ ਪਰਲੇ ਪਾਸੇ ਫਿਟਿੰਗ ਕਰਨੀ ਆ, ਅਤੇ ਫਿਟਿੰਗ ਫੁਟਿੰਗ ਕਰਕੇ ਫਿਰ ਚਾਦਰ ਉੱਤੇ ਲੱਗੂਗੀ, ਅਤੇ ਹੱਡ ਬਣਦੀ ਆ ਨਵੀਂ, ਅਤੇ ਕੰਮ ਜਮਾਂ ਰੈਡੀ ਹੋਈ ਜਾਂਦਾ, ਅਤੇ ਪੱਤੀਆਂ ਪੁੱਤੀਆਂ ਲਾ ਕੇ ਬਾਈ ਮਿਣੀ ਜਾਂਦੇ ਆ। ਅਤੇ ਮਿੱਤਰੋ ਇੱਕ ਕਮੈਂਟ ਆ ਜ਼ਰੂਰ ਦੱਸਿਓ ਵੀ ਇਹਦੇ ਆਪਾਂ ਆਸੇ ਪਾਸੇ ਸੀਲਿੰਗ ਕਰ ਦਈਏ ਸਿਸਟਮ ਦੇ, ਅਤੇ ਕਮੈਂਟ ਦੱਸਿਓ ਫਿਰ ਘੈਂਟ ਲੱਗੋ ਕੰਮ ਜਮਾਂ। ਕੰਮ ਬਾਈ ਬਹੁਤ ਬਰੀਕੀ ਚਲਾ ਜਾਂਦਾ ਨਾ ਇਹ ਪਲੇਟਫਾਰਮ ਦਾ ਵੀ, ਹੈ ਨਾ, ਦੇਖਣ ਨੂੰ ਹੀ ਲੱਗਦਾ ਨਾ ਵੀ ਸੌਖਾ ਜਿਹਾ ਵਾ, ਪਰ ਵਾਹਵਾ ਬਰੀਕੀ 'ਚ। ਹਾਂ ਵੀ ਕੰਮ ਸੌਖਾ ਜਿਹਾ ਹੀ ਆ, ਸਹੀ ਗੱਲ ਆ।
ਉਹ ਕਹਿੰਦਾ ਰੇਟ ਆਏ ਆ ਜੋ ਹਨ ਹਾਂ ਸਹੀ ਗੱਲ ਆ ਜੇ ਚੀਜ਼ ਦਿਹਾੜੀ ਦਾ ਕੰਮ ਉਹ ਨਿਬੇੜਦੇ ਆ ਬਾਕੀ ਲੋਕ ਕਹਿੰਦੇ 10 ਕਿਲੋ ਲੋਹਾ ਲੱਗਿਆ ਵਾ ਵੀ ਪੈਸੇ ਇਹਨਾਂ ਨੇ ਆਏ ਲੈ ਲਏ ਪਰ ਮਿਹਨਤ ਨੀ ਨਾ ਦੇਖਦੇ ਠੀਕ ਆ ਬਾਈ ਮਿਹਨਤ ਵੀ ਬਹੁਤ ਲੱਗ ਜਾਂਦੀ ਹੈ ਅੱਗੇ ਅਸੀਂ ਦੇਖਦੇ ਪਲੇਟਫਾਰਮ ਲੱਗਿਆ ਵੀ ਇਹਦਾ ਥੋੜਾ ਹੀ ਕੰਮ ਆ ਪਰ ਹੁਣ ਬਾਈ ਦਾ ਜਦੋਂ ਬਣਾਉਂਦਾ ਵਾ ਦੇਖਦੇ ਹਾਂ ਇੱਥੇ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਹੈ ਨਾ ਹੌਲੀ ਹੌਲੀ ਬਣਦਾ ਦੇਖਣਾ ਪੈਂਦਾ ਸਾਰਾ ਕੁਛ ਸਿਸਟਮ ਸੈੱਟ ਕਰ ਕਰ ਕਿੱਥੇ ਕੀ ਕਿਵੇਂ ਸੈੱਟ ਆਉਂਦਾ ਵਾ ਫੇਰ ਹੀ ਬਣਦੀ ਹੈ ਗੱਲ ਕਿਸੇ ਨੇ ਬੰਪਰ ਬੁੰਪਰ ਮੰਗਾਉਣੇ ਆਉਂਦੇ ਨਾ ਆਲ ਇੰਡੀਆ ਡਿਲੀਵਰੀ ਆ ਬਾਈ ਉਹਨਾਂ ਦੀ ਅਤੇ ਫੋਨ ਕਰ ਲਿਓ ਜਦੋਂ ਮਰਜ਼ੀ ਬੰਪਰ ਮੰਗਾ ਲਿਓ ਵੇਟ ਦੱਸ ਕੇ ਨਾ ਬਾਈ ਜਿੰਨਾ ਵੇਟ ਬਣਾਉਣਾ ਹੈ ਨਾ ਕੁਆਂਟਲ ਕੁਆਂਟਲ ਤਾਂ ਬਣੇ ਪਏ ਜੇ ਕਿਸੇ ਨੇ ਉਹਨੇ ਵੇਟ ਦਾ ਬਣਾਉਣਾ ਤਾਂ ਬਣ ਵੀ ਜਾਂਦਾ ਨਾ ਠੀਕ ਆ ਬਾਈ ਕਰਿਓ ਬਾਈ ਨਾਲ ਕਨੈਕਟ ਗੋਬਿੰਦ ਰਾਏ ਬਾਈ ਦੀ ਇੰਸਟਾਗ੍ਰਾਮ ਆਈ ਡੀ ਆ ਉਹ ਤਾਂ ਕਨੈਕਟ ਕਰ ਲਿਓ ਗੋਬਿੰਦ ਰਾਏ 0 3 2 ਬਾਈ ਕਹਿੰਦਾ ਪਲੇਟਫਾਰਮ ਆਪਾਂ ਇਹੋ ਜਿਹਾ ਤਿਆਰ ਕਰਦੇ ਖੜੇ ਹੋ ਕੇ ਨੱਚੀ ਆਇਆ ਉੱਤੇ ਅਤੇ ਹਿੱਲਣ ਵਾਲਾ ਕੰਮ ਨਹੀਂ ਹੈਗਾ ਜਮਾਂ ਵੀ 35-40 ਕਿਲੋ ਲੋਹਾ ਲੱਗ ਜਾਣਾ ਪਲੇਟਫਾਰਮ 'ਤੇ ਮਤਲਬ ਟਰੈਕਟਰ ਦਾ ਕੰਮ ਕੰਟੀਨਿਊ ਚੱਲੀ ਜਾਂਦਾ ਅਤੇ ਅਸੀਂ ਜਾਣਾ ਪਿੰਡ ਨੂੰ ਕਿਉਂਕਿ ਸਾਨੂੰ ਹਨੇਰਾ ਬਹੁਤ ਹੋ ਜਾਣਾ ਅਤੇ ਟਾਈਮ ਹੋ ਗਿਆ 6 ਵੱਜ ਚੁੱਕੇ ਨੇ ਅਤੇ ਸਾਨੂੰ 1.5 ਘੰਟਾ ਪਿੰਡ ਜਾਣ ਨੂੰ ਲੱਗ ਜਾਣਾ ਪਿੰਡ ਆਪਣਾ ਹੈਗਾ 70 ਕਿਲੋਮੀਟਰ ਹੈ ਦੂਰ ਪੈ ਜਾਂਦਾ ਮਤਲਬ 20-25 ਤੋਂ ਚੱਕੋ ਮਿੱਤਰੋ ਫਿਰ ਕੰਮ ਚੱਲਦੇ ਰਹਿਣਾ ਕੰਟੀਨਿਊ ਤੇ ਅਸੀਂ ਚੱਲਦੇ ਹਾਂ ਪਿੰਡ ਨੂੰ ਚਲੋ ਠੀਕ ਆ ਬਾਈ ਫਿਰ ਚੱਲਦੇ ਹਾਂ ਪਿੰਡ ਨੂੰ ਤੇ ਸਵੇਰੇ ਮਿਲਦੇ ਹਾਂ ਤੇ ਕਰ ਦਿਓ ਫਿੱਟ ਫਿਰ ਦੀ ਕੰਮ ਕਰ ਦਿਓ ਚੱਕੋ ਮਿੱਤਰੋ ਤੇ ਬਾਈ ਹੁਣਾਂ ਕੋਲੋਂ ਆ ਗਏ ਸੀਗੇ ਤੇ ਹੁਣ ਚੱਲਦੇ ਆਪਾਂ ਪਿੰਡ ਨੂੰ ਤੇ ਪਲੇਟਫਾਰਮ ਆਪਣਾ ਤਿਆਰ ਹੋਈ ਜਾਂਦਾ ਵਾ ਹੁੱਡ ਉੱਚੀ ਹੋ ਜਾਣੀ ਆ ਤੇ 2-3 ਦਿਨਾਂ ਤੱਕ ਕੰਟਰੈਕਟਰ ਮਿਲ ਜੂਗਾ ਰੰਗ ਰੁੰਗ ਕਰਕੇ ਜਮਾਂ ਸਿਰਾ ਗੱਲਬਾਤ ਹੋ ਜਾਣੀ ਆ ਪਲੇਟਫਾਰਮ ਜਮਾਂ ਐਂਡ ਬਣਾ ਦੇਣਾ ਤੇ ਪ੍ਰੀਤ ਤੇ ਕਦੇ ਆਪਾਂ ਪਲੇਟਫਾਰਮ ਨਾ ਤਾਂ ਲੱਗਿਆ ਦੇਖਿਆ ਹੈ ਨਾ ਫਿਰ ਆਈ ਤੇ ਪਹਿਲਾ ਪ੍ਰੀਤ ਉਹ ਜਿਹੜੇ ਪਲੇਟਫਾਰਮ ਲੱਗਿਆ ਵਾ ਨਾ ਬਾਕੀ ਆਪਾਂ ਨੂੰ ਪਤਾ ਨਹੀਂ ਆਪਾਂ ਤੱਕ ਕਦੇ ਦੇਖਿਆ ਨਹੀਂ ਪ੍ਰੀਤ ਫਾਰਮ ਦੇ ਪਲੇਟਫਾਰਮ ਲੱਗਿਆ ਪ੍ਰੀਤ ਫਾਰਮ ਨਹੀਂ ਪਲੇਟਫਾਰਮ 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 ਪ੍ਰੀਤ ਦੇ ਮੁੰਡਾ ਐਕਸਾਈਟਡ ਹੀ ਵਾਲਾ ਸਹੀ ਗੱਲ ਆ ਤੇ ਹੋਲੇ ਮਹੱਲੇ ਦੀਆਂ ਤਿਆਰੀਆਂ ਚੱਲੀ ਜਾਂਦੀਆਂ ਮਿੱਤਰੋ ਤੇ ਮਿਲਦੇ ਆ ਫਿਰ ਹੋਲੇ ਮਹੱਲੇ ਦੇ ਯੰਗ ਜੂ ਗਰੁੱਪ ਕਹਿੰਦਾ ਸਾਰਾ ਪਹੁੰਚੂਗਾ ਤੇ ਨਾਲ ਕੁੱਕੀ ਇਲੈਕਟ੍ਰੋਨਿਕ ਵਾਲੇ ਕਾਲੂ ਬਾਈ ਹੁਣੀ ਵੀ ਪਹੁੰਚਣਗੇ।